ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਮਾਸਟਰ ਕੇਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਆਪਣਾ ਜਿਹੜਾ 41 ਕਾਰਡ ਦੀ ਜੁਆਇਨਿੰਗ ਸਟੇਸ਼ਨ ਚੋਇਸ ਨੂੰ ਲੈ ਕੇ ਸੰਘਰਸ਼ ਜਿਹੜਾ ਲਗਾਤਾਰ ਚੱਲ ਰਿਹਾ ਹੈ ਤੇ ਸਰਕਾਰ ਲਗਾਤਾਰ ਦੇਰੀ ਕਰ ਰਹੀ ਹੈ ਆਪਣੇ ਸਟੇਸ਼ਨ ਚੋਇਸ ਨੂੰ ਲੈ ਕੇ ਜਾਂ ਜੁਆਇਨਿੰਗ ਨੂੰ ਲੈ ਕੇ ਇਹਦੇ ਸਬੰਧ ਦੇ ਵਿੱਚ ਹੁਣ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਹਲਕਾ ਬੱਲੂਆਣਾ ਦੇ ਪਿੰਡ ਪੱਤਰਾਵਾਲਾ ਵਿਖੇ ਪਹੁੰਚ ਰਹੇ ਨੇ ਤੇ 41 ਕਾਰਡ ਦੇ ਜਿਹੜੇ ਸਿਲੇਕਟਡ ਸਾਥੀ ਨੇ ਉਹਨਾਂ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਪਿੰਡ ਪੱਤਰਾਂ ਵਾਲਾ ਦੇ ਜਿਹੜਾ ਬੱਸ ਸਟੈਂਡ ਹੈ ਉੱਥੇ ਸਾਰੇ ਇਕੱਠੇ ਹੋਈਏ ਇਕੱਠੇ ਹੋ ਕੇ ਤਾਂ ਕਿ ਆਪਾਂ ਮੁੱਖ ਮੰਤਰੀ ਨਾਲ ਉਥੋਂ ਦੇ ਪ੍ਰਸ਼ਾਸਨ ਨੂੰ ਕਹਿ ਕੇ ਮੀਟਿੰਗ ਲੈ ਸਕੀਏ ਤੇ ਉਹਨਾਂ ਨਾਲ ਸਟੇਸ਼ਨ ਚੋਇਸ ਨੂੰ ਲੈ ਕੇ ਗੱਲ ਕਰ ਸਕੀਏ ਜਿਹੜੇ ਫਾਜ਼ਿਲਕਾ ਦੇ ਕਿਡਰ ਹੈ ਜਾਂ ਨੇੜੇ ਤੇੜੇ ਜਿਹੜਾ ਵੀ ਉੱਥੇ ਜਾ ਸਕਦਾ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੋ ਤਾਂ ਕਿ ਆਪਣਾ ਵਧੀਆ ਇਕੱਠ ਨਾਲ ਮੁੱਖ ਮੰਤਰੀ ਜੀ ਨਾਲ ਗੱਲਬਾਤ ਕਰ ਸਕੀਏ ਜੇਕਰ ਆਪਾਂ ਨੂੰ ਉੱਥੇ ਮੀਟਿੰਗ ਮਿਲਦੀ ਹੈ ਤਾਂ ਜੇਕਰ ਤੁਹਾਡੇ ਕੋਲ ਕਿਸੇ ਦਾ ਕੋਈ ਕੰਡਕਟਰ ਨੰਬਰ ਵਗੈਰਾ ਨਹੀਂ ਹੈ ਤਾਂ ਅਸੀਂ ਤੁਹਾਡੇ ਨਾਲ ਉਹ ਸ਼ੇਅਰ ਕਰ ਦਿੰਨੇ ਆਂ ਇੰਦਰਾਜ ਜ਼ਿਲ੍ਹਾ ਫਾ ਜ਼ਿਲ੍ਹਾ ਪ੍ਰਧਾਨਾ ਜਿਹੜਾ ਫਾਜ਼ਿਲਕਾ ਦੇ ਉਹਨਾਂ ਦਾ ਨੰਬਰ ਹੈਗਾ 7009056012 ਤੇਰਸ਼ਪਾਲ ਜਲਾਲਾਬਾਦ ਇਹਦਾ ਨੰਬਰ ਹੈਗਾ 95922052592 ਕੁਲਦੀਪ ਫਾਜ਼ਲਗਾ ਜ਼ਿਲ੍ਹਾ ਕਮੇਟੀ 9781916800 ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਪਣਾ ਸਟੇਸ਼ਨ ਚੋਇਸ ਲਗਾਤਾਰ ਜਿਹੜਾ ਉਹ ਲੇਟ ਹੋ ਰਿਹਾ ਹੈ ਇਹਦੇ ਸਬੰਧ ਦੇ ਵਿੱਚ ਲਗਾਤਾਰ ਕੱਲ ਵੀ ਕੋ ਸਾਥੀ ਬਡਲਾਡਾ ਹਲਕਾ ਦੇ ਐਮਐਲਏ ਕੋ ਸਾਥੀ ਜਲਾਲਾਬਾਦ ਦੇ ਐਮਐਲਏ ਨੂੰ ਮੰਗ ਪੱਤਰ ਦੇ ਕੇ ਆਏ ਨੇ ਤੁਹਾਨੂੰ ਵੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਤੁਸੀਂ ਆਪਣੇ ਐਮਐਲਏ ਸਾਹਿਬਾਨ ਜਾਂ ਤੁਹਾਡੇ ਕੋਈ ਵੀ ਮੰਤਰੀ ਐਮਐਲਏ ਆਉਂਦਾ ਤਾਂ ਤੁਸੀਂ ਉਹਨੂੰ ਮੰਗ ਪੱਤਰ ਦਿਓ ਤੇ ਤੁਸੀਂ ਉਹਨਾਂ ਨੂੰ ਕਹੋ ਕਿ ਸਰ ਸਾਡੀ ਜਿਹੜੀ ਜੁਆਇਨਿੰਗ ਆ ਉਹ ਲਗਾਤਾਰ ਲੇਟ ਹੋ ਰਹੀ ਆ ਸਾਡਾ ਹੱਲ ਕਰਾਓ ਇਸ ਕਰਕੇ ਜ਼ਿਲ੍ਹਾ ਫਾਜ਼ਿਲਕਾ ਦੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਜਿਹੜੇ 41 ਕਾਰਡ ਤੇ ਸਿਲੈਕਟਡ ਸਾਥੀ ਨੇ ਕਿ ਉਹ ਅੱਜ ਬੱਲੂਆਣਾ ਦੇ ਪੱਤਰਾਂ ਵਾਲਾ ਪਿੰਡ ਵਿਖੇ ਪਹੁੰਚ ਕੇ ਭਵਾਨਤਮਾਨ ਜੀ ਨਾਲ ਮੀਟਿੰਗ ਕਰਨਾ ਤਾਂ ਕਿ ਜਿਹੜੀ ਉਹਨਾਂ ਦੇ ਧਿਆਨ ਵਿੱਚ ਇਹ ਲਿਆਂਦਾ ਜਾਵੇ ਕਿ ਸਾਰਾ ਤੁਸੀਂ ਸਾਨੂੰ ਜਿਹੜੇ ਨਿਯੁਕਤੀ ਪੱਤਰ ਨੇ ਉਹ ਦਿੱਤੇ ਨੂੰ ਤਕਰੀਬਨ ਮਹੀਨੇ ਤੋਂ ਉੱਪਰ ਹੋ ਗਿਆ ਪਰ ਹਾਲੇ ਤੱਕ ਸਾਡੀ ਜੁਆਇਨਿੰਗ ਨਹੀਂ ਹੋਈ ਸਿਰਫ ਦਿਖਾਵਾ ਹੀ ਕੀ ਸਿਰਫ ਇਹ ਦਿਖਾਵਾ ਹੀ ਕੀਤਾ ਜਾ ਰਿਹਾ ਸੀਗਾ ਜਿਹੜਾ ਲੁਧਿਆਣੇ ਦੇ ਵਿੱਚ 3000 ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸੀਗੇ ਉਹ ਉਹਨਾਂ ਦਾ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ ਉਹਨਾਂ ਦੇ ਧਿਆਨ ਵਿੱਚ ਇਹ ਮੁੱਦਾ ਲਿਆਂਦਾ ਜਾਵੇ ਮਾਸਟਰ ਕੈਡਰ ਦੀ ਹਰ ਇੱਕ ਅਪਡੇਟ ਲਈ ਤੁਸੀਂ ਸਾਡਾ ਚੈਨਲ ਮਾਸਟਰ ਕੈਡਰ ਯੂਨੀਅਨ ਨੂੰ ਸਬਸਕ੍ਰਾਈਬ ਕਰ ਦਿਓ ਅਸੀਂ ਤੁਹਾਡੇ ਤੱਕ ਕੋਈ ਵੀ ਨਵੀਂ ਅਪਡੇਟ ਹੋਊਗੀ ਜਾਂ ਕੋਈ ਐਕਸ਼ਨ ਵਗੈਰਾ ਹੋਊਗਾ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਇਸ ਚੈਨਲ ਨੂੰ ਸ਼ੇਅਰ ਕਰ ਦਿਓ ਸੌਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਸੋ ਮੱਚ